ਲੋਕ ਸਭਾ ਚੁਣਾਵਾਂ ਨੂੰ ਲੈ ਕੇ ਲਗਾਤਾਰ ਹਰ ਇੱਕ ਪਾਰਟੀ ਵੱਲੋਂ ਚੁਣਾਵ ਪ੍ਰਚਾਰ ਜ਼ੋਰਾਂ ਤੇ ਕੀਤਾ ਜਾ ਰਿਹਾ। ਜੇ ਕਾਂਗਰਸ ਦੀ ਗੱਲ ਕਰ ਲਈਏ ਤਾਂ ਕੁਲਬੀਰ ਜੀਰਾ ਔਰ ਉਹਨਾਂ ਦੇ ਨਾਲ ਰਾਣਾ ਗੁਰਜੀਤ ਜੀ ਪ੍ਰਚਾਰ ਲਗਾਤਾਰ ਕਰ ਰਹੇ ਨੇ। ਉਹ ਤਸਵੀਰਾਂ ਨੇ ਅੱਜ ਰਾਣਾ ਗੰਦੀਵਿੰਡ ਵਿਖੇ ਪ੍ਰਚਾਰ ਚੱਲ ਰਿਹਾ ਸੀ। ਰਾਣਾ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਪ੍ਰਚਾਰ ਜਿਹੜਾ ਲਗਾਤਾਰ ਤੁਹਾਡੇ ਵੱਲੋਂ ਕੀਤਾ ਜਾ ਰਿਹਾ, ਜੀਰਾ ਸਾਹਿਬ ਦੀ ਮਦਦ ਕੀਤੀ ਜਾ ਰਹੀ ਹਲਕੇ ਤੱਕ? ਦੇਖੋ ਜੀਰਾ ਸਾਹਿਬ ਸਾਡੇ ਦਿੱਤੇ ਹੋ, ਅਸੀਂ 8 ਬੰਦਿਆਂ ਨੇ ਸਿਲੈਕਟ ਕੀਤਾ ਜੀਰਾ ਸਾਹਿਬ ਨੂੰ ਔਰ ਸਿਫਾਰਿਸ਼ ਕੀਤੀ ਕਿ ਇਹਨਾਂ ਨੂੰ ਟਿਕਟ ਦਿਓ, ਅਤੇ ਹੁਣ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਤਕੜੇ ਹੋ ਕੇ ਲੋਕਾਂ ਨੂੰ ਲੋਕਾਂ ਦੇ ਵਿੱਚ ਜੀਰਾ ਸਾਹਿਬ ਦੀ ਪ੍ਰਚਾਰ ਕਰੀਏ। ਔਰ ਹਰ ਬੰਦਾ ਆਪਣੇ ਆਪਣੇ ਹਲਕੇ 'ਚ ਵਜੂਦ ਰੱਖਦਾ, ਲੋਕ ਉਹਨਾਂ ਦੀ ਗੱਲ ਸੁਣਦੇ ਆ, ਅਤੇ ਜਿੱਥੇ ਇਕੱਠੇ ਜਾਣ ਦੀ ਗੱਲ ਹੈ ਉੱਥੇ ਇਕੱਠੇ ਵੀ ਜਾਵਾਂਗੇ, ਔਰ ਜਿਹੜੇ ਮੁੱਦਿਆਂ ਦੀ ਗੱਲ ਹੈ ਮੁੱਦੇ ਵੀ ਲੋਕਾਂ 'ਚ ਚੱਕ ਰਹੇ ਹਾਂ ਔਰ ਚੱਕਾਂਗੇ। ਰਾਣਾ ਸਾਹਿਬ ਲਗਾਤਾਰ ਸੋਸ਼ਲ ਮੀਡੀਆ 'ਤੇ ਜਿਵੇਂ ਤੁਸੀਂ ਵੀ ਦੇਖਿਆ ਹੋਣਾ, ਥੋੜ੍ਹਾ ਗੱਲਬਾਤ ਹੋ ਰਹੀ ਸੀ ਕਿ ਰਾਣਾ ਸਾਹਿਬ ਦੇ ਬੇਟੇ ਜੀ ਨੂੰ ਟਿਕਟ ਮਿਲ ਰਹੀ ਹੈ ਕਾਂਗਰਸ ਵੱਲੋਂ, ਉਹ ਕਿੱਸਾ ਕਿਸ ਤਰ੍ਹਾਂ ਫਿਰ ਜੀਰਾ ਸਾਹਿਬ ਦਾ ਕਿੱਸਾ ਕਿਸ ਤਰੀਕੇ ਨਾਲ ਬਣਿਆ? ਇਹ ਰਾਣੇ ਦਾ ਬੇਟਾ ਨਹੀਂ, ਇਹ ਰਾਣੇ ਦਾ ਬੇਟਾ ਹੀ ਹੈ, ਇੰਦਰ ਹੀ ਹੈ। ਕਿੱਸਾ ਫਿਰ ਕਿਸ ਤਰੀਕੇ ਨਾਲ ਬਣਿਆ? ਗੱਲ ਇਹ ਕਿ ਵੀ ਮੇਰਾ ਪਹਿਲਾਂ ਤੋਂ ਹੀ ਮਨ ਅਨੰਦਪੁਰ ਸਾਹਿਬ ਲੱਗਣ ਪਾਸੇ, ਉੱਥੋਂ ਮੈਨੂੰ ਟਿਕਟ ਨਹੀਂ ਮਿਲੀ। ਪਿਛਲੇ ਇੱਕ ਮਹੀਨੇ ਤੋਂ ਸਾਰਿਆਂ ਨੂੰ ਪੁੱਛ ਕੇ, ਗਿੱਲ ਸਾਹਿਬ ਨੂੰ, ਸਿੱਖੀ ਸਾਹਿਬ ਨੂੰ, ਸੁਖਪਾਲ ਭੁੱਲਰ ਨੂੰ, ਡੈਨੀ ਸਾਹਿਬ ਨੂੰ, ਭਲਾਈਪੁਰ ਸਾਹਿਬ ਨੂੰ, ਇੱਥੇ ਤਾਂ ਹੀ ਰਾਣਾ ਇੰਦਰ ਪ੍ਰਤਾਪ ਨੂੰ ਵੀ ਪੁੱਛਿਆ ਸੀ ਮੈਂ ਕਿਵੇਂ ਕਰੀਏ। ਅਸੀਂ ਸਾਰਿਆਂ ਨੂੰ ਸਲਾਹ ਨਾਲ ਇਹਨਾਂ ਦਾ ਨਾਂ ਰੱਖਿਆ। ਅੱਗੇ ਅਖੀਰਲੇ ਦਿਨ ਵੀ ਮੈਨੂੰ ਬੁਲਾਇਆ ਗਿਆ ਕਿ ਤੁਸੀਂ ਲੜ ਲਓ, ਮੈਂ ਕਿਹਾ ਮੈਂ ਨਹੀਂ ਲੜਨੀ, ਕਹਿੰਦਾ ਬੇਟਾ ਲੜ ਲੈ। ਮੈਂ ਕਿਹਾ ਜੀ ਗੱਲ ਹੈ ਕਿ ਅਸੀਂ ਇੱਕ ਮਨ ਬਣਾ ਚੁੱਕੇ ਹਾਂ, ਕਹਿੰਦੇ ਤੁਹਾਨੂੰ ਅਨੰਦਪੁਰ ਸਾਹਿਬ ਟਿਕਟ ਨਹੀਂ ਦੇ ਰਿਹਾ ਸੀ, ਉਹ ਕਿਸੇ ਹੋਰ ਨੂੰ ਦੇਣੀ ਆ। ਮੈਂ ਕਿਹਾ ਜੀ ਇਹ ਜਿਹੜੀ ਜ਼ੁਬਾਨ ਕਰ ਲਈ ਇੱਕ ਵਾਰ ਕਿ ਸਾਡਾ ਸਾਰਿਆਂ ਦਾ ਸਾਂਝਾ ਕੈਂਡੀਡੇਟ ਕੁਲਬੀਰ ਸਿੰਘ ਜ਼ੀਰਾ ਨੇ, ਤਾਂ ਫਿਰ ਟਿਕਟ ਇਹਨਾਂ ਨੂੰ ਦਿਓ। ਮੈਂ ਉੱਥੋਂ ਬੈਠੇ ਇਹਨਾਂ ਨੂੰ ਟੈਲੀਫੋਨ ਕਰ ਦਿੱਤਾ, ਅਨਾਊਂਸਮੈਂਟ ਬਾਅਦ 'ਚ ਹੋਈ। ਸੋ ਗੱਲ ਹੈ ਸਰ, ਸਾਡੇ ਰਾਣੇ ਇਕੱਲੇ ਦੇ ਨਹੀਂ, ਅਤੇ ਸਾਰਿਆਂ ਦੇ ਸਾਂਝੇ ਉਮੀਦਵਾਰ ਨੇ ਔਰ ਲੋਕ ਜਿੰਨੇ ਸਾਡੇ ਲੀਡਰ ਸਾਹਿਬਾਨ ਨੇ ਕਾਂਗਰਸ ਦੇ, ਹਲਕਾ ਇੰਚਾਰਜ ਕਹਿ ਲਓ, ਐਕਸ ਐਮ ਐਲ ਏ ਕਹਿ ਲਓ, ਉਹਨਾਂ ਸਾਰਿਆਂ ਦੀ ਚੋਇਸ ਕੁਲਬੀਰ ਸਿੰਘ ਜ਼ੀਰਾ ਹੈ। ਬਿਲਕੁਲ ਡਟ ਕੇ ਫਿਰ ਮਦਦ ਵੀ ਪੂਰੀ ਠੋਕ ਕੇ ਕੀਤੀ? ਜਦੋਂ ਟਿਕਟ ਲਿਆਉਣ 'ਚ ਠੋਕ ਕੇ ਮਦਦ ਕੀਤੀ ਆ, ਨਹੀਂ ਕੀਤੀ ਜ਼ੀਰਾ ਸਾਹਿਬ ਨੂੰ ਪੁੱਛ ਲਿਓ, ਅਤੇ ਜਦੋਂ ਉੱਥੇ ਤਾਂ ਹੀ ਅਸੀਂ ਸਾਰਿਆਂ ਨੂੰ ਠੋਕ ਕੇ ਕਿਹਾ ਕਿ ਵੀ ਜ਼ੀਰਾ ਸਾਹਿਬ ਸਾਡੇ ਨੁਮਾਇੰਦੇ ਹੋਣਗੇ, ਅਤੇ ਕਸਰ ਕੋਈ ਰਹਿਣੀ ਨਹੀਂ ਚਾਹੀਦੀ। ਬਿਲਕੁਲ ਜ਼ੀਰਾ ਸਾਹਿਬ ਫਿਰ ਕਿਸ ਤਰੀਕੇ ਨਾਲ ਦੇਖਦੇ ਹੋ ਰਾਣਾ ਸਾਹਿਬ ਵੱਲੋਂ ਵੀ, ਜਿਵੇਂ ਕਹਿ ਸਕਦੇ ਕਿ ਹਰੀ ਝੰਡੀ ਵੀ ਹੋ ਗਈ, ਟਿਕਟ ਵੀ ਦਿਵਾ ਦਿੱਤੀ ਗਈ? ਗੱਲ ਇਹ ਆ ਕਿ ਅੱਜ ਮੇਰੇ ਪਿਤਾ ਜੀ ਇਸ ਦੁਨੀਆਂ 'ਤੇ ਨਹੀਂ, ਜਸਦਾਰ ਇੰਦਰਜੀਤ ਸਿੰਘ ਜ਼ੀਰਾ, ਪਰ ਉਹਨਾਂ ਦੇ ਜਾਣ ਤੋਂ ਬਾਅਦ ਜੋ ਇਹਨਾਂ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਹੈ, ਜੋ ਮੈਨੂੰ ਮਾਣ ਬਖਸ਼ਿਆ ਆਪਦਾ ਪੁੱਤਰ ਬਣਾ ਕੇ, ਔਰ ਸਾਰੇ ਹਲਕਿਆਂ ਦੇ ਜਿਹੜੇ ਲੀਡਰ ਸਾਹਿਬਾਨ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਜੇ ਪੰਥਕ ਪਰਿਵਾਰ 'ਚੋਂ ਟਿਕਟ ਦੇਣੀ ਹੈ ਤਾਂ ਉਹ ਜ਼ੀਰਾ ਪਰਿਵਾਰ 'ਚੋਂ ਦਿੱਤੀ ਜਾਵੇ, ਔਰ ਮੈਂ ਇਸ ਗੱਲ ਦਾ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦਾ ਔਰ ਇਹਨਾਂ ਸਾਰੇ ਸਾਥੀਆਂ ਦਾ, ਕਿਉਂਕਿ ਮੈਂ ਤਾਂ ਬਹੁਤ ਛੋਟਾ ਵਾਂ, ਮੇਰੀ ਵੱਡੀ ਥਾਂ 'ਤੇ ਨੇ ਸਾਰੇ, ਔਰ ਇਹਨਾਂ ਦਾ ਸਤਿਕਾਰ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਕਦੀ ਵੀ ਇਹਨਾਂ ਦੀ ਪੱਗ ਨੂੰ ਜਿਹੜਾ ਉਹ ਦਾਗ ਨਹੀਂ ਲੱਗਣ ਦਿਆਂਗਾ, ਕਿਉਂਕਿ ਇਹ ਪੱਗ ਜਿਹੜੀ ਹੁਣ ਜ਼ੀਰੇ ਵਾਲਿਆਂ ਦੀ ਪੱਗ ਨਹੀਂ, ਇਹ ਪੱਗ ਜਿਹੜੀ ਹੈ ਸ਼੍ਰੀ ਖਡੂਰ ਸਾਹਿਬ ਹਲਕਾ ਦੇ ਹਰ ਵੋਟਰ ਭੈਣ ਭਰਾ ਦੀ, ਹਰ ਇੱਕ ਦੀ ਜਿਹੜੀ ਹੈ ਇਹ ਪੱਗ ਆ, ਔਰ ਇਸ ਪੱਗ ਦੀ ਜਿਹੜੀ ਆਣ ਅਤੇ ਸ਼ਾਨ ਨੂੰ ਉੱਚਾ ਕਰਕੇ ਰੱਖਣਾ। ਰਾਣਾ ਸਾਹਿਬ ਬਿਲਕੁਲ ਲਗਾਤਾਰ ਗੱਲਾਂ ਵੀ ਹੁੰਦੀਆਂ ਕਿ ਪੰਥਕ ਹਲਕਾ ਹੈ, ਬਲਟੋਆ ਸਾਹਿਬ ਵੀ ਇੱਕ ਪਾਸੇ ਖੜੇ ਨੇ, ਪੰਥਕ ਹਲਕੇ ਦੀ ਬਹੁਤ ਗੱਲ ਆਉਂਦੀ ਹੈ ਜੀ ਖਡੂਰ ਸਾਹਿਬ। ਦੇਖੋ ਗੱਲ ਆ, ਪੰਥਕ ਕਿਹਨੂੰ ਕਹਿੰਦੇ? ਪੰਥਕ ਉਹਨੂੰ ਕਹਿੰਦੇ ਆ ਜਿਹੜਾ ਗੁਰੂ 'ਚ ਮੰਨੇ, ਕਿ ਹਰਮਿੰਦਰ ਸਿੰਘ ਗਿੱਲ ਜਿਨ੍ਹਾਂ ਨੇ 84 ਦੇ ਵਿੱਚ ਇਹ ਫੜੇ ਗਏ ਹਰਿਮੰਦਰ ਸਾਹਿਬ, 7-8 ਸਾਲ ਜੇਲ੍ਹ ਕੱਟੀ, 7-8 ਸਾਲ ਇਹਨਾਂ ਨੇ ਜੇਲ੍ਹ ਕੱਟੀ, ਇਹ ਪੰਥਕ ਨੇ। ਅਸੀਂ ਗੁਰੂ ਦੇ
ਠੀਕ ਹੈ, ਮੈਂ ਮੀਟ ਮੂਟ ਵੀ ਖਾ ਲੈਂਦਾ, ਮੈਂ ਬਾਕੀ ਦੇ ਕੰਮ ਕਰ ਲੈਂਦਾ, ਲੇਕਿਨ ਗੁਰੂ 'ਚ ਮੰਨਦਾ। ਪੰਥਕ ਮੈਨੂੰ ਨਹੀਂ ਕਿਹਾ ਜਾ ਸਕਦਾ, ਲੇਕਿਨ ਗੁਰੂ ਦਾ ਨਾਮ ਲੇਵਾ ਤਾਂ ਕਿਹਾ ਜਾ ਸਕਦਾ। ਔਰ ਜ਼ੀਰਾ ਸਾਹਿਬ ਖੁਦ ਇਹਨਾਂ ਦੇ ਤਾਂ ਤਿੰਨ ਤੀਜੀ ਪੀੜ੍ਹੀ ਆ ਅੱਜ ਜਿਹੜੀ ਸੇਵਾ ਕਰ ਰਹੀ ਹੈ ਪੰਥ ਦੀ। ਸੋ ਇਹ ਵੀ ਪੰਥ ਹੈ, ਪੰਥ ਦੇ ਹੀ ਆ ਅਸੀਂ ਸਾਰੇ, ਕੋਈ ਵੱਡਾ ਪੰਥ ਦਾ ਕੋਈ ਛੋਟਾ ਆ। ਬਿਲਕੁਲ ਕੁਲਬੀਰ ਜੀ, ਫਿਰ ਕਿਸ ਤਰੀਕੇ ਨਾਲ ਦੇਖਦੇ ਹੋ, ਚਾਰ ਪਾਰਟੀਆਂ ਚੋਣ ਮੈਦਾਨ 'ਚ ਨੇ, ਅੰਮ੍ਰਿਤਪਾਲ ਵੀ ਇੱਕ ਪਾਸੇ ਚੋਣ ਮੈਦਾਨ ਦੇ ਵਿੱਚ ਨੇ, ਕਿਉਂਕਿ ਲਗਾਤਾਰ ਪੰਥਕ ਹੋਣ ਦੇ ਨਾਤੇ ਉਹ ਪ੍ਰਚਾਰ ਵੀ ਚੱਲ ਰਿਹਾ। ਗੱਲ ਇਹ ਕਿ ਮੈਂ ਬਾਣੇ ਦਾ ਸਤਿਕਾਰ ਕਰਦਾ, ਔਰ ਮੈਂ ਇਹ ਗੱਲ ਕਹਿੰਦਾ ਕਿ ਇਹ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਹੱਕ ਆ, ਔਰ ਹਰ ਇੱਕ ਨੂੰ ਜਿਹੜਾ ਇਲੈਕਸ਼ਨ ਲੜਨ ਦਾ ਹੱਕ ਆ। ਔਰ ਅਜੇ ਤਾਂ ਜਿਹੜਾ ਹੈ ਕਿ ਅਜੇ ਕਾਗਜ਼ ਭਰੇ ਨਹੀਂ ਗਏ, ਜਦੋਂ ਨਾਮਜ਼ਦਗੀਆਂ ਆਈਆਂ ਤੁਸੀਂ ਦੇਖਿਆ ਕਿ ਬਹੁਤ ਸਾਰੇ ਆਜ਼ਾਦ ਉਮੀਦਵਾਰ ਜਿਹੜੇ ਉਹ ਚੋਣ ਮੈਦਾਨ 'ਚ ਆਉਣਗੇ, ਪਰ ਵੋਟ ਜਿਹੜੀ ਆ ਲੋਕਾਂ ਨੇ ਪਾਉਣੀ ਹੈ, ਪਾਰਲੀਮੈਂਟ ਦਾ ਮੈਂਬਰ ਲੋਕ ਉਹਨੂੰ ਹੀ ਬਣਾ ਕੇ ਭੇਜਦੇ ਆ, ਜਿਹੜੇ ਇਲਾਕੇ ਦੀ ਗੱਲ ਕਰ ਸਕੇ, ਜਿਹੜਾ ਮੁੱਦਿਆਂ ਦੀ ਗੱਲ ਕਰ ਸਕੇ। ਔਰ ਲੋਕਾਂ 'ਤੇ ਮੈਨੂੰ ਵਿਸ਼ਵਾਸ ਹੈ ਕਿ ਲੋਕ ਮਨ ਬਣਾ ਕੇ ਬੈਠੇ ਨੇ ਕਿ ਇਸ ਵਾਰ ਕਾਂਗਰਸ ਪਾਰਟੀ ਨੂੰ ਫਿਰ ਮੌਕਾ ਜਿਹੜਾ ਹੈ ਕਿ ਪਾਰਲੀਮੈਂਟ ਵਿੱਚ ਜਾਣ ਦਾ ਦੇ। ਬਿਲਕੁਲ ਗਿੱਲ ਸਾਹਿਬ, ਨਾਲੇ ਗਿੱਲ ਸਾਹਿਬ ਜ਼ਿਲ੍ਹਾ ਪ੍ਰਧਾਨ ਹੋ, ਫਿਰ ਪੂਰੀ ਸਪੋਰਟ ਦਿੱਤੀ ਜਾ ਰਹੀ ਹੈ ਜੀ? ਮੇਰੇ ਵੀਰ ਬਹੁਤ ਵੱਡੇ ਫਰਕ ਨਾਲ ਜਿੱਤ ਰਹੇ ਆ, ਮੇਰੇ ਖਿਆਲ ਇੰਨਾ ਮਾਰਜਨ ਕਿਸੇ MP ਦਾ ਹੋਣਾ ਹੀ ਨਹੀਂ ਜਿੰਨਾ ਇਹਨਾਂ ਦਾ MP ਮਾਰਜਨ। ਫਿਰ ਸਪੋਰਟ ਜਿਵੇਂ ਕੋਈ ਨਾਰਾਜ਼ਗੀਆਂ ਕੁਝ ਇੱਦਾਂ ਦੀਆਂ ਚੀਜ਼ਾਂ? ਮੈਡਮ ਨਾਰਾਜ਼ ਕੋਈ ਹੈ ਹੀ ਨਹੀਂ, ਸਾਰੇ ਖੁਸ਼ ਨੇ। ਪਹਿਲੀ ਵਾਰੀ ਆ ਕਿ 9 ਦੇ 9 ਹਲਕਿਆਂ ਦੇ ਇੰਚਾਰਜ ਇਹਨਾਂ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਗਏ ਆ, 9 ਦੇ 9 ਆਪੋ ਆਪਣੇ ਹਲਕਿਆਂ ਵਿੱਚ ਜ਼ੋਰ ਲਾ ਰਹੇ ਆ, ਕੋਈ ਕਸਰ ਨਹੀਂ, ਲੋਕ ਵੀ ਨਾਲ ਜਾਣਗੇ। ਔਰ ਜੋ ਕੁਝ ਰਿਊਮਰਸ ਚੱਲਦੀਆਂ ਉਹਨਾਂ ਉਹਨਾਂ ਤੋਂ ਇਲਾਵਾ ਕਾਂਗਰਸ ਪਾਰਟੀ ਬਹੁਤ ਵੱਡੇ ਫਰਕ ਨੇ ਜਿੱਤਣ ਜਾ ਰਹੀ ਹੈ। ਬਿਲਕੁਲ ਰਾਣਾ ਗੰਡੀ ਬਿੰਦ ਜੀ ਵੀ ਨੇ। ਰਾਣਾ ਜੀ, ਫਿਰ ਇੱਧਰਲੇ ਖੇਤਰ ਦੀ ਗੱਲ ਕਰ ਲਈਏ ਤਾਂ ਜਿਵੇਂ ਬਾਰਡਰ ਬੈਲਟ ਤੁਹਾਡੇ ਕੋਲ ਹੈ, ਲਗਾਤਾਰ ਤੁਸੀਂ ਸੇਵਾ ਕਰਦੇ ਆਇਓ, ਕਿਸ ਤਰੀਕੇ ਨਾਲ ਦੇਖਦੇ? ਅੱਜ ਸਾਡੇ ਜਿਨ੍ਹਾਂ ਨੇ ਸਾਨੂੰ ਗੁੜਤੀ ਦੇ ਕੇ ਤੋਰਿਆ ਸੀ, ਰਾਣਾ ਗੁਰਜੀਤ ਸਿੰਘ ਜੀ, ਅਸੀਂ ਸਾਡੇ ਗੁਰੂ, ਮੈਂ ਸਮਝਦਾ ਸਿਆਸੀ ਗੁਰੂ, ਉਹ ਸਾਡੇ ਕੋਲ ਆਏ ਆ, ਔਰ ਸਾਡੇ ਵੱਡੇ ਭਾਗ ਆ, ਔਰ ਨਾਲ ਉਹਨਾਂ ਦੇ ਸਰਦਾਰ ਕੁਲਬੀਰ ਸਿੰਘ ਜੀਰਾ ਜੀ, ਸਰਦਾਰ ਹਰਮਿੰਦਰ ਸਿੰਘ ਗਿੱਲ ਸਾਹਿਬ ਆਏ ਆ। ਅਸੀਂ ਤਰਨ ਤਾਰਨ ਕੌਂਸੀਚੁਐਂਸੀ ਬੜੀ ਸ਼ਾਨ ਨਾਲ ਜਿੱਤਾਂਗੇ, ਅੱਗੇ ਵੀ ਜਿੱਤਦੇ ਰਹੇ ਹਾਂ। ਸਰਦਾਰ ਰਾਣਾ ਗੁਰਜੀਤ ਸਿੰਘ ਵਰੇ ਵੀ ਸਾਡੇ ਕੋਲ MLA ਨਹੀਂ ਸੀ ਕੋਈ ਹੁੰਦਾ, ਉਦੋਂ ਵੀ ਅਸੀਂ ਤਰਨ ਤਾਰਨ ਕੌਂਸੀਚੁਐਂਸੀ ਜਿੱਤੀ ਸੀ। ਅੱਜ ਅਗਨੀ ਉਤਰੀ ਸਾਹਿਬ ਨਹੀਂ ਰਹੇ, ਪਰ ਅਸੀਂ ਕੌਂਸੀਚੁਐਂਸੀ ਤਰਨ ਤਾਰਨ ਜਿੱਤ ਕੇ ਵਿਖਾਵਾਂ। ਬਿਲਕੁਲ, ਇੱਕ ਵਾਰੀ ਟੀਮ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਤਸਵੀਰ ਤੁਸੀਂ ਦੇਖ ਸਕਦੇ ਹੋ, ਜਿਵੇਂ ਲਗਾਤਾਰ ਵਿਮਰ ਉੱਠਦਾ ਜਾਂਦਾ ਕਿ ਰਾਣਾ ਗੁਰਜੀਤ ਜੀ ਕਿਤੇ ਜੀਰਾ ਸਾਹਿਬ ਦੇ ਨਾਲ ਨਹੀਂ ਨੇ। ਲੇਕਿਨ ਕੱਲ੍ਹ ਦਾ ਅਸੀਂ ਵੀ ਦੇਖ ਰਹੇ ਕਿ ਪ੍ਰਚਾਰ ਜਿਹੜਾ ਇਹਨਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ, ਔਰ ਪੂਰੀ ਟੀਮ ਜਿਹੜੀ ਆ 9 ਹਲਕਿਆਂ ਦੇ ਵਿੱਚ ਪ੍ਰਚਾਰ ਕਰ ਰਹੀ ਹੈ। ਕਿਉਂਕਿ ਦੱਸ ਦਈਏ ਕਿ ਜਿਹੜੀ ਖਡੂਰ ਸਾਹਿਬ ਦੀ ਐਸੀ ਸੀਟ ਹੈ ਕਿ ਮਾਝਾ, ਮਾਲਵਾ, ਦੁਆਬਾ ਤਿੰਨੇ ਖੇਤਰ ਜਿਹੜੇ ਨੇ ਇਹਨੂੰ ਲੱਗਦੇ ਨੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।